ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਪੰਜਾਬ ਦੇ ਕਿਸਾਨਾਂ ਨੂੰ ਲੱਗਾ ਚਟਕਾ ਹਰਿਆਣਾ ਸਰਕਾਰ ਵੱਲੋਂ ਐਸਵਾਈਐਲ ਬਣੌਰ ਨੂੰ ਲੈ ਕੇ ਕੀਤੀ ਗਈ ਤਿਆਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਕਿਸਾਨ ਅੰਦੋਲਨ ਤੋਂ ਬਾਅਦ ਹੀ ਕਿਸਾਨਾਂ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਕਈ ਹੱਟਕੰਡੇ ਵਰਤੇ ਜਾ ਰਹੇ ਹਨ ਜਿਸ ਦੇ ਤਹਿਤ ਹੁਣ ਕਿਸ ਹਰਿਆਣਾ ਵੱਲੋਂ SYL ਨਹਿਰ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇੱਕ ਵਿਸ਼ੇਸ਼ ਬਜਟ ਵੀ ਤਿਆਰ ਕੀਤਾ ਹੈ ਮਨੋਹਰ ਲਾਲ ਖੱਟੜ ਮਨੋਹਰ ਲਾਲ ਖੱਟੜ ਜਿਨ੍ਹਾਂ ਕੋਲ ਸੂਬੇ ਦੇ ਵਿੱਚ ਮੰਤ్రਾਲਾ ਵੀ ਹੈ ਨੇ ਕੱਲ ਵਿਧਾਨ ਸਭਾ ਸਾਲ 2021-22 ਲਈ 155 645 ਕਰੋੜ ਦਾ ਬਜਟ ਪੇਸ਼ ਕੀਤਾ ਇਹ ਬਜਟ ਆਜ਼ਾਦੀ ਦੀ 75ਵੀਂ ਵਰ੍ਹੇ ਕਾਣ ਨੂੰ ਸਮਰਪਿਤ ਕੀਤਾ ਗਿਆ ਹੈ ਇਸ ਬਜਟ ਦੀ ਜੋ ਸਭ ਤੋਂ ਅਹਿਮ ਗੱਲ ਹੈ OC Y L ਬਜਟ ਪੇਸ਼ ਕਰਨ ਦੇ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਣ ਨੇ ਕਿਹਾ ਕਿ ਸੂਬਾ ਸਰਕਾਰ ਰਾਵੀ ਬਿਆਸ ਨਦੀਆਂ ਦੇ ਪਾਣੀ ਦਾ ਬੰਦਾ ਹਿੱਸਾ ਪ੍ਰਾਪਤ ਕਰਨ ਤੇ SYL ਨਹਿਰ ਦੇ ਨਿਰਮਾਣ ਲਈ ਤਿਆਰੀ ਕਰਦਾ ਹੈ ਜਿਸ ਲਈ ਬਜਟ ਚ 100 ਕਰੋੜ ਰੁਪਏ ਰੱਖੇ ਜਾਂਦੇ ਹਾਂ ਜਦ ਕੀ ਲੋੜ ਪੈਂਦੇ ਨਹਿਰ ਦੀ ਉਸਾਰੀ ਲਈ ਹੋਰ ਰਕਮ ਵੀ ਜਾਰੀ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹਰਿਆਣਾ ਦੇ ਆਰਥਿਕ ਵਾਧੇ ਲਈ ਕਿਸਾਨਾਂ ਨੂੰ ਹਮਾਇਤ ਜਾਰੀ ਕਰੇਗੀ ਇਸ ਤੋਂ ਪਹਿਲਾਂ ਵੀ ਹਰਿਆਣਾ ਦੀ ਬੀਜਪੀ ਸਰਕਾਰ ਵੱਲੋਂ ਐਸਵਾਈਐਲ ਦਾ ਮੁੱਦਾ ਚੱਕਿਆ ਜਾ ਰਿਹਾ ਸੀ ਪਰ ਹਰਿਆਣਾ ਦੇ ਕਿਸਾਨਾਂ ਵੱਲੋਂ ਇਸ ਦਾ ਬਹੁਤ ਸਮਰਥਨ ਨਹੀਂ ਮਿਲਿਆ ਹੁਣ ਦੇਖਣ ਵਾਲਾ ਹੋਵੇਗਾ ਇਸ ਬਜਟ ਤੋਂ ਬਾਅਦ ਹਰਿਆਣਾ ਦੇ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਰਹੇਗੀ ਸਰਕਾਰ ਨੇ ਕਿਹਾ ਕਿ ਬਜਟ ਤੇ ਸਿਹਤ ਖੇਤੀ ਬਾੜੀ ਤੇ ਬੁਨਿਆਦੀ ਢਾਂਚਾ ਖੇਤਰਾਂ ਤੇ ਕਾਸ ਜ਼ੋਰ ਜਿੰਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜੋਰ ਤੇ ਗੁਰੂਗ੍ਰਾਮ ਨੂੰ ਫਿਲਮ ਸਿਟੀ ਵਜੋਂ ਵਿਕਸਿਤ ਕੀਤਾ ਜਾਏਗਾ ਸਰਕਾਰ ਨੇ 9ਵੀਂ ਤੇ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਸਿੱਖਿਆ ਮੁਫਤ ਕਰਨ ਦਾ ਪ੍ਰਸਾਰ ਰੱਖਿਆ ਹੈ ਇਸ ਤੋਂ ਇਲਾਵਾ ਉਹਨਾਂ ਦਾ ਬੁਢਾਪਾ ਪੈਨਸ਼ਨ 250 2050 ਤੋਂ ਵੱਧ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵੀ ਐਲਾਨ ਕੀਤਾ ਹੈ